ਸਤਿ ਸ਼੍ਰੀ ਅਕਾਲ ਵੀਰ ਜੀ, ਸਾਰੇ ਵੀਰਾਂ ਨੂੰ ਸੰਦੀਪ ਡੇਅਰੀ ਫਾਰਮ ਤੁਹਾਡਾ ਬਹੁਤ ਬਹੁਤ ਵੈਲਕਮ ਹੈ ਜੀ। ਅਤੇ ਵੀਜ਼ਾ ਜੀ ਆਪਣੀ ਵਿਜ਼ਿਟ ਹੈਗੀ ਆ ਪਿੰਡ ਖਜਾਲਾ, ਜ਼ਿਲ੍ਹਾ ਅੰਮ੍ਰਿਤਸਰ ਪੈਂਦਾ ਜੀ, ਤਹਿਸੀਲ ਬਾਬਾ ਬਕਾਲਾ। ਕਹਿੰਦੇ ਵੀਰ ਪਹਿਲੀ ਵੀਡੀਓ ਬਣਾਉਣ ਲੱਗੇ ਜੀ, ਆਪਾਂ ਕੋਈ ਵਪਾਰ ਨਹੀਂ ਕਰਦੇ, ਘਰ ਦੇ ਪਸ਼ੂ ਹੈ ਜੀ, ਅਤੇ ਨਾਲ ਵੀਰ ਨੂੰ ਡੇਅਰੀ ਦਾ ਕੰਮ ਆ, ਦੁੱਧ ਦਾ ਕੰਮ ਆ ਜੀ। ਪਰ ਮਹੀਆਂ ਬੜੀਆਂ ਚੰਗੀਆਂ ਕੁਆਲਿਟੀ ਵਾਲੀਆਂ, ਰਿਕੋਰਡ ਵਾਲੇ ਮਹੀਆਂ ਜੀ। ਅਤੇ ਅੱਜ ਵੀ ਨੇ ਕੋਈ ਦੋ ਦੇ ਲਗਭਗ ਪਸ਼ੂ ਸੇਲ ਆ, ਤੁਹਾਨੂੰ ਪਤਾ ਜਦੋਂ ਪਸ਼ੂ ਵਾਲੇ ਹੋਏ ਫਿਰ ਵੇਚਣੇ ਪੈਂਦੇ ਹੁੰਦੇ ਆ ਜੀ, ਰਿਕੋਰਡ ਵਾਲੇ ਮਹੀਆਂ ਸੇਲ ਆ। ਅਤੇ ਆਓ ਵੀਰ ਨੂੰ ਆਪਾਂ ਗੱਲਬਾਤ ਕਰਦੇ ਹਾਂ। ਬਾਈ ਜੀ ਸਤਿ ਸ਼੍ਰੀ ਅਕਾਲ ਜੀ, ਪਹਿਲਾਂ ਤੁਹਾਡਾ ਬਹੁਤ ਬਹੁਤ ਸਵਾਗਤ ਤੁਹਾਡਾ ਜੀ। ਸਾਡਾ ਵੀਰ ਜੀ, ਸੰਦੀਪ ਡੇਅਰੀ ਫਾਰਮ ਵੇਖਣ ਵਾਲੇ ਸਾਰੇ ਵੀਰਾਂ ਨੂੰ ਸਵਾਗਤ ਸਾਰਿਆਂ, ਸਤਿ ਸ਼੍ਰੀ ਅਕਾਲ। ਵਪਾਰ ਦਾ ਆਪਾਂ ਕਰਦੇ ਨੇ? ਨਹੀਂ ਵੀਰ ਜੀ, ਵਪਾਰ ਨਹੀਂ ਕਰਦੇ, ਘਰ ਦੇ ਪਸ਼ੂ ਹੀ ਆ ਨਾ ਜੀ। ਠੀਕ ਹੈ ਠੀਕ ਹੈ ਠੀਕ ਹੈ। ਤੇ ਬਾਈ ਜੀ ਟਾਈਟ ਹੋ ਗਈ ਆ ਵੀਰ ਜੀ? ਹਾਂਜੀ ਹਾਂਜੀ, ਕਰਕੇ ਵੇਚਣ ਆਪਰ ਤੁਹਾਨੂੰ ਬੜਾ ਪਸ਼ੂ ਬਾਲੇ ਆ, ਫਿਰ ਗਾਂ ਬੱਚੇ ਬੁੱਚੇ ਤਿਆਰ ਹੁੰਦੇ ਰਹਿੰਦੇ ਆ ਤੇ ਵੇਚਣੇ ਪੈ ਜਾਂਦੇ ਜੀ, ਕਰਕੇ ਵੀਰ ਜੀ ਬੰਦੇ ਬੁੰਦੇ ਰਹਿੰਦੇ ਨਹੀਂ ਹੁੰਦੇ। ਠੀਕ ਹੈ ਠੀਕ ਹੈ, ਕਰਕੇ ਸੇਲ ਕਰਦੇ ਆ। ਬਿਲਕੁਲ ਜੀ ਬਿਲਕੁਲ। ਤੇ ਕਿੰਨੀਆਂ ਮਹੀਆਂ ਸੇਲ ਆਈ ਜੀ ਹੁਣ ਆਪਣੇ ਕੋਲ? ਸਾਡੇ ਕੋਲ ਵੀਰ ਜੀ 2 ਮੱਝਾਂ ਵਾ ਸੇਲ। ਅੱਛਾ, 2 ਮਹੀਆਂ ਸੇਲ ਆ, ਠੀਕ ਆ। ਤੇ ਕਰੀ ਸੁਣੋ ਜੀ ਫਿਰ, ਹਾਂਜੀ ਆਜੋ ਫਿਰ, ਆਜੋ ਇੱਧਰ ਆਜੋ। ਇਹ ਗੱਭਣ ਹੈ ਜੀ? ਹਾਂਜੀ ਵੀਰ ਜੀ, ਗੱਭਣ ਆ। ਇਹ ਸੂਆ ਕਿਹੜਾ ਮੈਂ ਭਾਜੀ? ਇਹ ਦੂਜਾ ਸੂਆ ਜੀ। ਦੂਜਾ ਸੂਆ ਸੋਹਣੀ ਆ। ਹਾਂਜੀ। ਤੇ ਇਹਨਾਂ ਪਹਿਲਾਂ ਦਾ ਰਿਕਾਰਡ ਕਿੰਨਾ ਕਿਸੀ ਜੀ? ਇਹਦਾ 18 ਕਿਲੋ ਦਾ ਰਿਕਾਰਡ ਹੈ ਜੀ ਪਹਿਲਾਂ। ਅੱਛਾ, ਪਹਿਲਾਂ ਦਾ? ਹਾਂਜੀ ਪਹਿਲਾਂ 18 ਕਿਲੋ ਦਾ। ਠੀਕ ਹੈ, ਫਿਰ ਆਏ ਕਿ ਫਿਰ ਜਾਰੇ ਕਰੂ ਦੁੱਧ ਜੀ? ਤੇ ਖੋਲੇ ਭਾਜੀ ਫਿਰ ਆਪਾਂ। ਹਾਂਜੀ ਖੋਲੋ। ਲਓ ਜੀ ਦੇਖੋ, ਵੱਡੀ ਮੈਂ ਪੂਰੀ ਫੁੱਲ ਲਾਈਟ। ਤੇ ਉਧਰੋਂ ਆਈਆਂ ਜੀ ਮਹੀਆਂ ਇਹ? ਹਾਂਜੀ ਹਾਂਜੀ, ਹਰਿਆਣੇ ਤੋਂ। ਅੱਛਾ, ਪਹਿਲਾਂ ਤੁਸੀਂ ਉਧਰੋਂ ਲੈ ਕੇ ਆਏ? ਹਾਂਜੀ, ਝੋਟੀ ਆਇਆ, ਮਤਲਬ ਹਰਿਆਣੇ ਚੋਂ ਇਹਦੀ ਮਾਂ ਆਈ ਸੀ। ਅੱਛਾ, ਉਹਦੀ ਝੋਟੀ ਆ। ਅੱਛਾ, ਇੱਕ ਘਰ ਦਾ ਪਲ ਬਣਾ ਸੁਣਾ। ਠੀਕ ਆ, ਤੋਰ ਲਓ, ਤੋਰ 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 ਜੀ। ਲਓ ਜੀ ਵੇਖੋ, ਪੂਰੀ ਵੱਡੀ ਤੋਰ। ਠੀਕ ਆ, ਬਿਲਕੁਲ ਖਿਲਾਰੋ ਖਿਲਾਰੋ। ਹਾਂ, ਇਹ ਮਹੀਆਂ ਪਲੀਆਂ ਭਾਜੀ, ਫਿਰ ਡਿੱਗੀ ਜਾਂਦਾ ਜੀ। ਆ ਜਾਓ ਲਿਆਓ ਜੀ, ਤੋੜ ਆਪਣੇ ਮਾਲੀ ਨੂੰ ਕੱਪਣਾ ਜੀ ਇਹ? ਅੱਛਾ, ਆਪਣੇ ਮਾਲੀ ਨਾਲ ਕੱਪਣਾ। ਠੀਕ ਆ, ਲੈ ਚਲੋ ਜੀ, ਬੰਨੋ ਬੰਦੋ ਬੰਦੋ। ਆਹ 16 ਦਿਨ ਪੂਰਾ ਜੀ, 9 ਤਰੀਕ ਹੋ ਗਈ ਮਤਲਬ ਜੀ। ਠੀਕ ਆ, ਔਰ 2-4 ਦਿਨ ਅਜੇ ਹੋਰ ਲੈ ਜੂਗੀ ਬਾਅਦ। ਆਓ ਅੱਗੇ ਆ ਜਾਓ। ਹਾਂਜੀ ਬੋਲੋ ਜੀ, ਕੀਮਤ ਹੈ ਜੀ ਇਹਦੀ? ਹਾਂਜੀ 3 ਲੱਖ ਰੁਪਈਆ। ਚਲੋ ਬਾਕੀ ਮਾਨਦਾਨ ਕਰ, ਮੌਕੇ ਤੇ ਕੋਈ ਆਊਗਾ ਫਿਰ। ਠੀਕ ਆ ਜੀ, ਇਹ ਵੀ ਗੱਭਣੀ ਆ? ਇਹ ਸੂਆ ਜੀ, ਇਹ ਦੂਜਾ ਸੂਆ ਹੈ ਵੀ, ਇਹ ਵੀ ਤੋਰੋ ਜੀ। ਤੇ ਇਹਦਾ ਬਾਜੀ ਦੁੱਧ ਰਿਕਾਰਡ ਆ? ਬਿਲਕੁਲ ਬਿਲਕੁਲ ਜੀ। ਠੀਕ ਆ, ਤੇ ਬਾਜੀ ਫਿਰ ਇਹਦੀ ਕੀਮਤ ਆ? ਅੱਛਾ, ਇੱਕੋ ਰੇਟ ਹੀ ਆ, ਮਤਲਬ 6 ਲੱਖ ਰੁਪਏ ਜੋੜਾ। ਠੀਕ ਆ, ਹੋ ਜੂਗਾ ਚਲੋ। ਤੇ ਇਸ ਤੋਂ ਇਲਾਵਾ ਜੀ ਫਿਰ? ਅੱਛਾ, ਇਹ ਗੱਭਣ ਹੈ ਜੀ? ਅੱਛਾ, ਕਿੰਨਾ ਟਾਈਮ ਲੈਂਦੀ ਜੀ ਇਹ? ਅੱਛਾ, ਆਹ 15 ਦਿਨ ਪੂਰੇ ਹੋਣੇ। ਕਿੰਨਾ ਦੁੱਧ ਕੀਤਾ ਬਾਈ ਜੀ ਨੇ? ਅੱਛਾ, 35 ਕਿਲੋ। ਠੀਕ ਆ, 40 ਤੇ ਜਾਊਗੀ। ਠੀਕ ਆ, ਮੰਨੇ ਨਾਲ ਨਾਲ ਗਾਂ ਪੂਰੀ ਵੱਡੀ ਰੱਖੀ ਹੈ ਜੀ। ਹਾਂਜੀ ਹਾਂ ਬਿਲਕੁਲ ਜੀ, ਲਿਆਓ ਜੀ।
ਚੰਗਾ ਟੀਕਾ ਲਵਾਇਆ ਜੀ ਫਿਰ ਇਹਨੂੰ? ਬਸ ਠੀਕ ਆ, ਬਸ ਠੀਕ ਆ ਜੀ। ਤੇ ਭਾਜੀ ਫਿਰ ਇਹਦੀ ਕੀਮਤ? ਇਹਦਾ 80,000 ਰੁਪਈਆ। ਚਲੋ ਇਹਦਾ ਵੀ ਹੋ ਜਾਊਗਾ। ਬਸ ਫਿਲਹਾਲ ਆਹੀ ਹੈ ਜੀ ਪਸ਼ੂ ਜੀ? ਹਾਂ ਜੀ ਇਹੋ ਪਸ਼ੂ ਹੈ। ਦੇਖੋ ਜੀ ਆਹ ਪਸ਼ੂ ਬਾਈਆਂ ਕੋਲ ਪਰ ਪਸ਼ੂ ਨਹੀਂ ਕਹਾਂਦੇ, ਪਰ ਬਸ ਅੱਤ ਪੀਸ ਆ ਪੂਰੇ ਕੁਆਲਿਟੀ ਵਾਲੇ। ਬਾਕੀ ਮੇਰਾ ਵੀਰ ਇੱਥੇ ਆ ਗਿਆ ਤਾਂ ਤਸੱਲੀ ਨਾਲ ਕਹਿੰਦੇ ਭਾਜੀ। ਹਾਂਜੀ 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 ਚਲੋ ਮਾਲਿਆ ਮਾਲਿਆ ਗਾ ਜੀ। ਇਹ ਕਰਦੇ ਜੰਪਾ ਲੈ ਜਾਂਦਾ? ਅੱਛਾ ਉਹਦਾ ਬੱਚਾ ਆਇਆ ਸੀ, ਪਤਾ ਨਹੀਂ ਕਿਹੜੇ ਮਾਲੀ ਦਾ। ਅੱਛਾ ਅਰਜੁਨ ਕੁੰਗੜ ਦਾ, 23 ਕਿਲੋ 600 ਗ੍ਰਾਮ। ਠੀਕ ਆ ਅੱਛਾ ਫਿਰ ਨਾਮੀ ਸਾਨ ਭਾਜੀ ਪੂਰਾ। ਵਾਹ ਜੀ ਵਾਹ। ਠੀਕ ਆ ਇਹਦੇ ਹੁਣ ਤੁਸੀਂ ਸਿਮਨ ਤਿਆਰ ਕਰਾਏ ਕਿ ਕਮੀ ਕਰਾਏ ਤਿਆਰ ਜੀ? ਠੀਕ ਆ ਬਣਾਵਾਂਗੇ ਜਦੋਂ ਵੇਲ ਜੀ ਹੋਈ। ਬੱਚੇ ਬੁੱਚੇ ਆਏ ਜੀ? ਠੀਕ ਆਏ ਸਾਰੇ ਬੱਚੇ। ਚਲੋ ਬੰਦ ਹੋ ਜੀ ਬੰਦ ਹੋ। ਦੇਖੋ ਜੀ ਆਹ ਪਸ਼ੂ ਪਾਈਆਂ ਕੋਲ ਜੀ, ਪਰ ਮੇਰਾ ਵੀਰ ਇੱਥੇ ਆ ਗਿਆ ਤਾਂ ਪੂਰਾ ਚੈੱਕ ਕਰਕੇ ਹੈ ਨਾ ਬਾਈ ਜੀ? ਆਹ ਤਸੱਲੀ ਨਾਲ। ਚਲੋ ਨੰਬਰ ਬੋਲ ਦਿਓ ਜੀ ਆਪਣਾ ਫਿਰ। 84276। ਹਾਂਜੀ ਇੱਕ ਵਾਰ ਫਿਰ ਬੋਲ ਦਿਓ ਜੀ। 84276। ਹਾਂਜੀ 086 ਪਿੰਡ ਜੀ ਖਜਾਲਾ ਜੀ ਜ਼ਿਲ੍ਹਾ ਅੰਮ੍ਰਿਤਸਰ। ਮੰਗ ਲਿਆ ਮੌਕੇ ਤੇ ਮਾਨਤਾ ਹੋ ਜਾਊਗਾ ਬਿਲਕੁਲ ਭਾਜੀ ਬਿਲਕੁਲ। ਠੀਕ ਹੈ ਬਾਈ ਜੀ ਚੰਗੀ ਹੈ ਮੈਂ ਜੀ। ਕਿੰਨਾ ਦੁੱਧ ਕਰਦੀ ਪਈ ਜੀ? 24 ਕਿਲੋ ਦੁੱਧ ਹੁਣ ਥੋੜੀ ਘਟੀ ਆ ਆਪਣਾ ਖਾਣ ਨਹੀਂ ਹੁੰਦੀ ਮੱਕੀ ਕਰਕੇ ਕੋਲ ਥੋੜਾ ਬਾਹਰ ਹੁਣ। ਹੁਣ ਦੁੱਧ ਕਹਿੰਦਾ ਜੀ ਬਾਈ ਕੋਲ? ਇੰਨੀ ਗਰਮੀ ਕਹਿੰਦੇ ਜੀ ਦੇਖੀ ਆ ਤੁਹਾਨੂੰ ਪਤਾ ਪਰ ਰਕਮਾਂ ਲੱਗਦੀਆਂ ਜੀ ਇਹੋ ਜਿਹੇ ਮਹੀਆਂ ਨੇ ਫਿਰ ਜੀ। ਠੀਕ ਹੈ ਬੱਚੇ ਪੁੱਛੇ? ਹਾਂਜੀ ਹਾਂਜੀ ਬੱਚੇ ਹੈਗੇ ਆ ਤੁਹਾਡੇ ਕੋਲ? ਚਲੋ ਬਿਲਕੁਲ ਕਿਰਾਏ ਲਵਾਈ ਚੋ ਜ਼ਰੂਰ ਕਰਾਏ ਜੀ। ਠੀਕ ਹੈ ਬਾਈ ਜੀ ਫਿਰ ਸਤਿ ਸ਼੍ਰੀ ਅਕਾਲ।